ਭਾਜਪਾ ਸਰਕਾਰ ਨੇ ਕੀਤੇ ਆਪਣੇ ਕੰਮਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਕੋਈ ਕਸਰ ਨਹੀਂ ਛੱਡ ਰਹੀ। ਇਸ ਦੇ ਚੱਲਦੇ ਸੋਮਵਾਰ ਨੂੰ ਭਾਜਪਾ ਯੁਵਾ ਮੋਰਚਾ ਵੱਲੋਂ ਜਲੰਧਰ 'ਚ ਸਕੂਟਰ ਰੈਲੀ ਦਾ ਆਯੋਜਨ ਕੀਤਾ ਗਿਆ। ਇਹ ਮਕਸੂਦੜਾ ਤੋਂ ਹੁੰਦੀ BSF ਚੌਂਕ 'ਚ ਸਮਾਪਤ ਹੋਈ। ਮਲਿਕ ਨੇ ਕਿਹਾ PM ਮੋਦੀ ਇੰਡੀਆ ਦੇ ਨਹੀਂ ਸਗੋਂ ਪੂਰੇ ਵਰਲਡ ਦੇ ਹਰਮਨ ਪਿਆਰੇ ਨੇ। ਜਿਹਦੇ 'ਚ ਮੁਦਰਾ ਬੈਂਕ ਹੈ, ਜਿਹਦੇ ਸਟੈਂਡ ਅਪ ਇੰਡੀਆ, ਸਟਾਰਟਅਪ ਇੰਡੀਆ ਹੈ, ਉੱਥੇ ਹੀ ਹਰ ਵਰਗ ਦੇ ਲਈ, ਚਾਹੇ ਉਹ ਮਹਿਲਾਵਾਂ ਹੋਣ, ਚਾਹੇ ਉਹ ਕਿਸਾਨ ਹੋਣ, ਚਾਹੇ ਉਹ ਜਵਾਨ ਹੋਣ ਫੌਜ ਦੇ, ਹਰ ਦੇ ਲਈ, ਵਰਿਸ਼ਠ ਨਾਗਰਿਕ ਹੋਣ, ਵਪਾਰੀ ਹੋਣ, ਉਦਯੋਗਪਤੀ ਹੋਣ, ਸਾਰਿਆਂ ਦੇ ਲਈ ਸ਼ਾਨਦਾਰ ਸਕੀਮਾਂ ਚੱਲ ਰਹੀਆਂ। ਮਲਿਕ ਨੇ ਕਿਹਾ PM ਮੋਦੀ ਇੰਡੀਆ ਦੇ ਨਹੀਂ ਸਗੋਂ ਪੂਰੇ ਵਰਲਡ ਦੇ ਹਰਮਨ ਪਿਆਰੇ ਨੇ। ਅੱਜ ਦੇਸ਼ ਦੇ ਵਿੱਚ 3.85 ਕਰੋੜ ਗੈਸ ਦੇ ਕੁਨੈਕਸ਼ਨ, ਗੈਸ ਦੀ ਜਿਹੜੀ ਕਿੱਟ ਹੈ ਮੁਫਤ ਵੰਡੀ ਗਈ, ਔਰ ਜੋ ਭੈਣਾਂ ਦੇ ਜੀਵਨ ਖਤਮ ਹੋ ਜਾਂਦੇ ਸੀ ਚੁੱਲ੍ਹੇ ਫੂਕ ਫੂਕ ਕੇ ਬਚਾਇਆ ਗਿਆ। 1.69 ਲੱਖ ਕਰੋੜ ਜਿਹੜੀਆਂ ਸੜਕਾਂ ਦਾ ਨਿਰਮਾਣ ਹੋਇਆ ਹੈ, ਪਿੰਡਾਂ ਤੱਕ ਸੜਕਾਂ, ਸ਼ਹਿਰਾਂ ਤੱਕ ਸੜਕਾਂ, ਕਸਬੇ ਓਵਰ ਬ੍ਰਿਜਿਸ, ਫਲਾਈ ਓਵਰ ਬਣ ਰਹੇ ਨੇ। ਅੱਜ ਦੇਸ਼ ਦੀ ਸੈਨਾ ਸਸ਼ਕਤ ਸੈਨਾ ਹੈ, ਜਿਹੜੀ ਨਿਰਭੀਕ ਸੈਨਾ ਨੇ ਪਾਕਿਸਤਾਨੀ ਸਰਜੀਕਲ ਸਟ੍ਰਾਈਕ ਕਰਕੇ ਪਾਕਿਸਤਾਨ ਦੇ ਆਤੰਕਵਾਦੀਆਂ ਨੂੰ ਪਾਕਿਸਤਾਨ ਦੀ ਧਰਤੀ 'ਤੇ ਧੂਲ ਚਟਾਈ ਹੈ। ਰਫਤਾਰ ਨਿਊਜ਼ ਲਈ ਜਲੰਧਰ ਤੋਂ ਬਿਊਰੋ ਰਿਪੋਰਟ।